ਇਹਨਾਂ ਲੋਕਾਂ ਨੇ ਟੈਂਕਰ ਦੇ ਵਿੱਚ ਬਲਾਸਟ ਹੋਣ ਤੋਂ 2 ਸੈਕਿੰਡ ਪਹਿਲਾਂ ਡਰਾਈਵਰ ਨੂੰ ਬਾਹਰ ਕੱਢ ਲਿਆ, ਨਹੀਂ ਤਾਂ ਇਸ ਦੀ ਜਾਨ ਚਲੀ ਜਾਣੀ ਸੀ। ਆਹ ਦ੍ਰਿਸ਼ ਦੇਖ ਕੇ ਡਰਾਈਵਰ ਗਹਿਰੇ ਸਦਮੇ ਦੇ ਵਿੱਚ ਹੈ। ਜਿਹਨਾਂ ਲੋਕਾਂ ਨੇ ਉਸਦੀ ਜਾਨ ਬਚਾਈ ਉਸ ਨੂੰ ਜੱਫੀ ਪਾ ਕੇ ਪੱਬਾ ਮਾਰ ਮਾਰ ਰੋ ਰਿਹਾ ਹੈ। ਇਹਨਾਂ ਲੋਕਾਂ ਨੇ ਉਸਦੀ ਜਾਨ ਬਚਾ ਲਈ, ਨਹੀਂ ਤਾਂ ਇਸਦੀ ਜਾਨ ਜਾ ਸਕਦੀ ਸੀ। ਤਾਂ ਦੇਖ ਸਕਦੇ ਹੋ ਕਿ ਕਿਵੇਂ ਰੱਬ ਬਣ ਕੇ ਆਏ ਲੋਕ ਇਸ ਡਰਾਈਵਰ ਨੂੰ ਬਚਾ ਗਏ, ਨਹੀਂ ਤਾਂ ਇਸ ਟੈਂਕਰ ਦੇ ਨਾਲ ਨਾਲ ਇਸ ਡਰਾਈਵਰ ਦੇ ਵੀ ਫੁੱਕ ਜਾਣਾ ਸੀ, ਇਸਦੀ ਜਾਨ ਚਲੀ ਜਾਣੀ ਸੀ। ਜੇਕਰ 2 ਜਾਂ 3 ਸੈਕਿੰਡ ਦੀ ਦੇਰੀ ਹੁੰਦੀ, ਦੇਖ ਸਕਦੇ ਹੋ ਪਲਟੇ ਹੋਏ ਟੈਂਕਰ ਦੇ ਵਿੱਚੋਂ ਸ਼ੀਸ਼ਾ ਭੰਨ ਕੇ ਇਸ ਡਰਾਈਵਰ ਨੂੰ ਬਾਹਰ ਕੱਢ ਲਿਆ ਗਿਆ। ਜੇਕਰ ਅਜਿਹਾ ਨਾ ਕੀਤਾ ਜਾਂਦਾ ਤਾਂ ਇਸਦੀ ਜਾਨ ਚਲੀ ਜਾਣੀ ਸੀ। ਦੇਖੋ ਸੜਕ 'ਤੇ ਕਿਵੇਂ ਖੜ੍ਹਾ ਹੋ ਕੇ ਟਰੱਕ ਵੱਲ ਦੇਖ ਕੇ ਭੁੱਬਾ ਮਾਰ ਮਾਰ ਰੋ ਰਿਹਾ ਹੈ ਡਰਾਈਵਰ। ਇਸ ਡਰਾਈਵਰ ਨੇ ਜਦ ਇਸ ਪੁਲ 'ਤੇ ਟਰੱਕ ਚਾੜਿਆ ਤਾਂ ਇਸ ਟਰੱਕ ਦਾ ਟਾਇਰ ਨਿਕਲ ਗਿਆ, ਜਿਸ ਕਰਕੇ ਟਰੱਕ ਪਲਟ ਗਿਆ। ਟਰੱਕ ਦੇ ਵਿੱਚ ਕੈਰੋਸੀਨ ਭਰਿਆ ਸੀ, ਯਾਨੀ ਕਿ ਮਿੱਟੀ ਦਾ ਤੇਲ ਭਰਿਆ ਸੀ। ਸਾਰਾ ਸੜਕ 'ਤੇ ਕੈਰੋਸੀਨ ਖਿਲਰ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਬਾਹਰ ਕੱਢਿਆ, ਕਿਉਂਕਿ ਇਸ ਡਰਾਈਵਰ ਦੇ ਕੋਲੋਂ ਆਪਣੇ ਆਪ ਬਾਹਰ ਨਹੀਂ ਨਿਕਲਿਆ ਜਾ ਰਿਹਾ ਸੀ। ਤਾਂ ਲੋਕਾਂ ਨੇ ਗੱਡੀਆਂ ਰੋਕੀਆਂ, ਟਰੱਕ ਦੇ ਵਿੱਚੋਂ ਬੰਦੇ ਨੂੰ ਬਾਹਰ ਕੱਢਿਆ, ਇਸ ਡਰਾਈਵਰ ਨੂੰ ਬਾਹਰ ਕੱਢਿਆ। ਜਿਵੇਂ ਹੀ ਇਹ ਬਾਹਰ ਕੱਢਿਆ ਜਾਂਦਾ ਹੈ, ਨਾਲ ਦੀ ਨਾਲ ਇਸ ਟਰੱਕ ਨੂੰ ਅੱਗ ਲੱਗ ਜਾਂਦੀ ਹੈ। ਅਤੇ ਅੱਗ ਇੰਨੀ ਜ਼ਿਆਦਾ ਲੱਗਦੀ ਹੈ ਕਿ ਪੁੱਲ ਵੀ ਸੜ ਜਾਂਦਾ ਹੈ। ਪੁੱਲ ਦਾ ਹਾਲ ਤੁਸੀਂ ਦੇਖਿਆ ਹੀ ਕਿ ਕਿਵੇਂ ਬੁਰੀ ਤਰੀਕੇ ਦੇ ਨਾਲ ਸੜਕ ਪੱਟੀ ਗਈ ਹੈ। ਟਰੱਕ ਤਾਂ ਪੂਰੀ ਤਰੀਕੇ ਦੇ ਨਾਲ ਫੁੱਕ ਗਿਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਖੰਨਾ GT ਰੋਡ ਦੀਆਂ, ਜਿੱਥੇ ਟੈਂਕਰ ਨੂੰ ਭਿਆਨਕ ਅੱਗ ਲੱਗੀ ਆ। ਪੂਰੇ ਫਲਾਈਓਵਰ 'ਤੇ ਫੈਲਿਆ ਅੱਗ ਦਾ ਭਾਂਬੜ। ਹਾਦਸੇ ਤੋਂ ਬਾਅਦ ਜਿਹੜਾ ਟੈਂਕਰ ਹੈ ਉਸ ਪਲਟ ਜਾਂਦਾ ਹੈ ਅਤੇ ਉਸਦੇ ਵਿੱਚ ਅੱਗ ਲੱਗ ਜਾਂਦੀ ਹੈ। ਖੰਨਾ GT ਰੋਡ NH 44 ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ। ਅੱਗ ਦਾ ਭਾਂਬੜ ਪੂਰੇ ਸ਼ਹਿਰ ਨੇ ਦੇਖਿਆ ਹੈ। ਸਾਹਮਣੇ ਹੀ ਬੱਸ ਅੱਡਾ ਸੀ, ਹੋਰ ਵੱਡਾ ਕਾਂਡ ਹੋ ਸਕਦਾ ਸੀ। ਅੱਗ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ। ਪੂਰੀ ਰੋਡ 'ਤੇ ਸਿਰਫ ਅੱਗ ਹੀ ਅੱਗ ਦਿਖਾਈ ਦੇ ਰਹੀ ਹੈ। ਤੇਲ ਦੇ ਭਰੇ ਟੈਂਕਰ ਨੂੰ ਅੱਗ ਲੱਗਣ ਦਾ ਕਾਰਨ ਹਾਲ ਤੱਕ ਨਹੀਂ ਪਤਾ ਚੱਲ ਸਕਿਆ ਕਿ ਅੱਗ ਕਿਵੇਂ ਲੱਗੀ। ਐਕਸੀਡੈਂਟ ਦਾ ਕਾਰਨ ਤਾਂ ਪਤਾ ਚੱਲ ਗਿਆ ਕਿ ਟਾਇਰ ਨਿਕਲ ਗਿਆ ਸੀ ਚੱਲਦੇ ਟਰੱਕ ਦਾ, ਤਾਂ ਕਰਕੇ ਐਕਸੀਡੈਂਟ ਹੋਇਆ। ਪਰ ਅੱਗ ਕਿਵੇਂ ਲੱਗੀ, ਕਿਉਂਕਿ ਤੇਲ ਲਗਾਤਾਰ, ਜਿਹੜਾ ਕੈਰੋਸੀਨ ਹੈ ਮਿੱਟੀ ਦਾ ਤੇਲ ਹੈ, ਉਹ ਟੈਂਕਰ ਦੇ ਵਿੱਚੋਂ ਲਗਾਤਾਰ ਰਿਸ ਰਿਹਾ ਸੀ। ਅਤੇ ਇਸ ਡਰਾਈਵਰ ਨੂੰ ਜਿਵੇਂ ਹੀ 4 ਤੋਂ 5 ਲੋਕਾਂ ਨੇ, ਇੱਕ ਸਰਦਾਰ ਜੀ ਨੇ ਬਾਹਰ ਕੱਢਿਆ ਤਾਂ ਇਸ ਦਾ ਬਚਾਅ ਹੋ ਗਿਆ। ਇਸ ਸਰਦਾਰ ਜੀ ਨੇ ਬਚਾ ਲਿਆ, ਨਹੀਂ ਤਾਂ ਇਸ ਡਰਾਈਵਰ ਦੀ ਜਾਨ ਚਲੀ ਜਾਣੀ ਸੀ। ਤਾਂ ਤਸਵੀਰਾਂ ਦੇਖੋ ਕਿਵੇਂ ਬਲਾਸਟ ਤੋਂ ਮਹਿਜ 2 ਸੈਕਿੰਡ ਪਹਿਲਾਂ ਇਸ ਨੂੰ ਬਾਹਰ ਕੱਢਿਆ। ਜਦ ਡਰਾਈਵਰ ਦੀ ਜਾਨ ਬਚ ਜਾਂਦੀ ਹੈ ਤਾਂ ਦੇਖੋ ਕਿਵੇਂ ਜਾਨ ਬਚਾਉਣ ਵਾਲਿਆਂ ਦਾ ਸ਼ੁਕਰੀਆ ਅਦਾ ਕਰ ਰਿਹਾ ਹੈ। ਭੁੱਬਾ ਮਾਰ ਮਾਰ ਰੋ ਰਿਹਾ ਹੈ, ਕਿਉਂਕਿ ਗਹਿਰੇ ਸਦਮੇ ਦੇ ਵਿੱਚ ਹੈ ਡਰਾਈਵਰ।